ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀ ਤੇ ਦੋਸਤੋ ਅੱਜ ਦੀ ਵੀਡੀਓ 'ਚ ਜਨਰਲ ਸਾਇੰਸ ਦੇ ਵੀ ਇੰਪੋਰਟੈਂਟ MCQ ਆਪਾਂ ਕਵਰ ਕਰਾਂਗੇ ਹਾਂਜੀ ਅੱਜ ਦੀ ਵੀਡੀਓ ਤੁਹਾਡੇ ਲਈ ਕੁਇਜ਼ ਦੀ ਤਰ੍ਹਾਂ ਹੋਵੇਗੀ ਤੁਸੀਂ ਸਾਰੇ ਕੁਐਸਚਨਾਂ ਨੂੰ ਆਪਣੀ ਇਮਾਨਦਾਰੀ ਨਾਲ ਸੋਲਵ ਕਰਨਾ ਹੈ ਤੇ ਵੀਡੀਓ ਦੇ ਐਂਡ ਵਿੱਚ ਸਾਨੂੰ ਕਮੈਂਟ ਬਾਕਸ 'ਚ ਆਪਣਾ ਸਕੋਰ ਜਿਹੜਾ ਜ਼ਰੂਰ ਦੱਸਣਾ ਹੈ ਹਾਂਜੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਹਾਂਜੀ ਇਹ MCQ ਤੁਹਾਡੇ ਐਗਜ਼ਾਮ ਤੇ ਲਈ ਕਾਫੀ ਜਿਆਦਾ ਹੈਲਪਫੁਲ ਸਾਬਿਤ ਹੋਣਗੇ ਇਸ ਤੋਂ ਇਲਾਵਾ ਜਰਨਲ ਸਾਇੰਸ ਦੀ ਵੀ ਤੇ ਜੀਕੇ ਦੀ ਵੀ ਵੀਡੀਓ ਅਪਲੋਡ ਨੇ ਉਹ ਤੁਸੀਂ ਚੈਨਲ ਦੀ ਪਲੇਲਿਸਟ 'ਚ ਜਾ ਕੇ ਵੇਖ ਸਕਦੇ ਹੋ ਜਾਂ ਫਿਰ ਤੁਹਾਨੂੰ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਉਸ ਦਾ ਲਿੰਕ ਮਿਲ ਜੇਗਾ ਉੱਥੋਂ ਜਾ ਕੇ ਵੀ ਤੁਸੀਂ ਵੇਖ ਸਕਦੇ ਹੋ ਹਾਂਜੀ ਜੇਕਰ ਤੁਸੀਂ ਅੱਜ ਦੀ ਵੀਡੀਓ ਦੀ ਪੀਡੀਐਫ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜੇਗੀ ਉਸ ਦਾ ਲਿੰਕ ਵੀ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੇਗਾ ਹਾਂਜੀ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ ਹਾਂਜੀ ਸਟਾਰਟ ਕਰਦੇ ਹਾਂ ਜੀ ਅੱਜ ਦੀ ਕੁਇਜ਼ ਨੂੰ ਫਰਸਟ ਕੁਐਸਚਨ ਦਿੱਤਾ ਹੋਇਆ ਹੈ ਡੇਂਗੂ ਬਿਮਾਰੀ ਦਾ ਵਾਹਕ ਹੈ ਹਾਂਜੀ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਚੁਣਿਆ ਹੈ ਏਡੀਜ਼ ਮੱਛਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਡੇਂਗੂ ਬਿਮਾਰੀ ਦਾ ਵਾਹਕ ਹੁੰਦਾ ਜੀ ਏਡੀਜ਼ ਮੱਛਰ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਆਪਣੇ ਕੋਲ ਦਿੱਤਾ ਹੋਇਆ ਹੈ ਹੇਟਾਂ ਦਿੱਤੀਆਂ ਵਿੱਚੋਂ ਕਿਸ ਦੀ ਗਤੀ ਅਦਿਕਤਮ ਹੁੰਦੀ ਹੈ ਹਾਂਜੀ ਇਹ ਕੁਐਸਚਨ ਵੀ ਤੁਹਾਡੇ ਐਗਜ਼ਾਮ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਨੇ ਸਾਡੇ ਕੋਲ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਪ੍ਰਕਾਸ਼ ਯਾਨੀ ਕਿ ਲਾਈਟ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਤਾਪ ਦੀ ਪੂਰਤੀ ਤੇ ਠੋਸ ਤੋਂ ਤਰਲ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਆਪਣਾ ਹੋ ਜਾਵੇਗਾ অপਸ਼ਨ ਨੰਬਰ ਸੀ ਪਿੰਗਲਨ ਠੋਸ ਤੋਂ ਤਰਲ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਜੀ ਪਿੰਗਲਨ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹੇਟਾਂ ਦਿੱਤੀਆਂ ਵਿੱਚੋਂ ਕਿਸ ਵਿੱਚ ਆਵਾਜ਼ ਸਭ ਤੋਂ ਤੇਜ਼ ਲੰਘਦੀ ਹੈ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਹਾਂਜੀ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਆਪਣਾ ਹੋ ਜਾਵੇਗਾ অপਸ਼ਨ ਨੰਬਰ 1 ਠੋਸ ਯਾਨੀ ਕਿ ਸੋਲਿਡ ਸੋਲਿਡ ਵਿੱਚੋਂ ਆਵਾਜ਼ ਜਿਹੜੀ ਸਭ ਤੋਂ ਤੇਜ਼ ਲੰਘਦੀ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਹੈ ਗ੍ਰੀਨ ਹਾਊਸ ਪ੍ਰਵਾਹ ਦੁਆਰਾ ਧਰਤੀ ਦੇ ਤਲ ਤੇ ਕਿਸ ਪ੍ਰਕਾਰ ਦੇ ਵਿਕਿਰਣ ਟਰੈਪ ਕੀਤੇ ਜਾਂਦੀ ਹੈ। ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਚੁਣਿਆ ਹੈ, UV ਕਿਰਨਾ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ। ਹਾਂਜੀ ਗ੍ਰੀਨ ਹਾਊਸ ਪ੍ਰਵਾਹ ਦੁਆਰਾ ਧਰਤੀ ਤੇ ਤਲ ਤੇ ਕਿਸ ਪ੍ਰਕਾਰ ਦੇ বিকিরਣ ਟ੍ਰੈਪ ਕੀਤੀ ਜਾਂਦੀ ਹੈ ਯੂਵੀ ਕਿਰਨਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਤੇ ਜਿੰਨਾ ਵੀ ਤੁਸੀਂ ਸਕੋਰ ਇਸ ਵੀਡੀਓ ਚ ਕਰਦੇ ਹੋ ਉਹ ਇਮਾਨਦਾਰੀ ਨਾਲ ਆਪਣੇ ਜਿਹੜਾ ਕਮੈਂਟ ਬਾਕਸ ਚ ਤੁਸੀਂ ਜ਼ਰੂਰ ਦੱਸਣਾ ਹੈ ਹਾਂਜੀ ਸਾਡਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਵਿਗਿਆਨ ਜਿਹੜਾ ਕਿ ਵਕਤ-ਵਕਤ ਜੀਵਾਂ ਦਾ ਉਹਨਾਂ ਦੇ ਪਰਿਵਰਤਨ ਨਾਲ ਸੰਬੰਧ ਦੱਸਦਾ ਹੈ ਕਹਾਉਂਦਾ ਹੈ ਹਾਂਜੀ ਚਾਰ ਆਪਸ਼ਨ ਆਪਣੇ ਕੋਲ ਦਿੱਤਾ ਹੈ ਆਪਾਂ ਦੱਸਣਾ ਹੈ ਕਿ ਵਿਗਿਆਨ ਜਿਹੜਾ ਕਿ ਵਕ ਵਕ ਜੀਵਾਂ ਦਾ ਤੇ ਉਹਨਾਂ ਦੇ ਪਰਿਵਰਤਨ ਨਾਲ ਸੰਬੰਧ ਦਰਸਾਉਂਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਸ ਕੁਐਸਚਨ ਦਾ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਪਰਿਆਵਰਣ ਸੰਬੰਧ অপਸ਼ਨ ਨੰਬਰ ਸੀ ਹੈ ਜਿਹੜਾ ਆਪਣਾ ਇਸ ਕੁਐਸਚਨ ਦਾ கரੈਕਟ ਹੋ ਜਾਵੇਗਾ ਪਰਿਆਵਰਣ ਸੰਬੰਧ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਸੜਨ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਵਿਸ਼ਵ ਪਰਿਆਵਰਣ ਦਿਵਸ ਹਰ ਸਾਲ ਬਨਾਇਆ ਜਾਂਦਾ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਸਾਰਿਆਂ ਨੂੰ ਪਤਾ ਹੋਵੇਗਾ ਕੀ ਵਿਸ਼ਵ ਪਰਿਆਵਰਣ ਦਿਵਸ ਹੈ ਜਿਹੜਾ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ 5 ਜੂਨ ਨੂੰ ਮਨਾਇਆ ਜਾਂਦਾ ਹੈ ਇਸ ਕੁਸ਼ਣ ਦਾ অপਸ਼ਨ ਨੰਬਰ B ਹੈ ਜਿਹੜਾ ਆਪਣਾ ਉਹ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਵਯੂ ਮੰਡਲ ਦੀ ਕਿਹੜੀ ਪਰਤ ਧਰਤੀ ਦੇ ਤਲ ਦੇ ਸਭ ਤੋਂ ਨਜ਼ਦੀਕ ਹੁੰਦੀ ਹੈ ਜੀ ਚਾਰ ਆਪਸ਼ਨ ਦਿੱਤੇ ਹੋਏ ਨੇ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਸ਼ਣ ਦਾ অপਸ਼ਨ ਨੰਬਰ 1 ਚੁਣਿਆ ਹੈ ਟ੍ਰੋਪੋਸਫੀਅਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਜੀ ਟ੍ਰੋਪੋਸਫੇਅਰ ਜਿਹੜੀ ਪਰਤ ਧਰਤੀ ਦੇ ਤਲ ਤੇ ਸਭ ਤੋਂ ਨਜ਼ਦੀਕ ਹੁੰਦੀ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਆਂ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਪਰਿਆਵਰਣਕ ਪ੍ਰਬੰਧ ਦਾ ਜੀਵਿਕ ਅੰਗ ਹੈ? ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਆਪਾਂ ਦੱਸਣਾ ਹੈ ਕਿ ਹੇਠਾਂ ਦਿੱਤਿਆਂ ਵਿੱਚੋਂ ਪਰਿਆਵਰਣ ਸੰਬੰਧ ਦਾ ਜੀਵਿਕ ਅੰਗ ਕਿਹੜਾ ਹੈਗਾ? ਹਾਂਜੀ ਇਸ ਕੁਐਸਚਨ ਦਾ ਜਿਹੜਾ ਆਪਣਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 1 ਉੱਲੀ। ਯਾਨੀ ਕਿ ਫੰਗੀ। ਨੈਕਸਟ ਕੁਐਸਚਨ ਵੱਲ ਚਲਦੇ ਆ ਜੀ ਨੈਕਸਟ ਕੁਐਸਚਨ ਹੈਗਾ ਕੁਦਰਤੀ ਵਿਨਾਸ਼ਕ ਘਟਨਾਵਾਂ ਜਿਵੇਂ ਜਵਾਲਾਮੁਖੀ ਪੁਚਾਲ ਚੱਕਰਵਾਤ ਪਰਿਆਵਰਣਕ ਪਰਿਵਰਤਨ ਲਿਆਉਂਦੇ ਹਨ ਜਿਹੜੇ ਹਨ ਚਾਰ ਆਪਸ਼ਨ ਨੇ ਜਿੰਨਾ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਏ ਅਤੇ ਬੀ ਦੋਵੇਂ ਯਾਨੀ ਕਿ ਮੂੜਨੇਯੋਗ ਅਤੇ ਨਾ ਮੂੜਨੇਯੋਗ ਹਾਂਜੀ ਇਹ ਦੋਵੇਂ ਨੇ ਜਿਹੜੇ ਕਿ ਜਵਾਲਾਮੁਖੀ ਪੁਚਾਲ ਤੇ ਚੱਕਰਵਾਤ ਪਰਿਆਵਰਣਕ ਪਰਿਵਰਤਨ ਲਿਆਉਂਦੇ ਹਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਹੈਜਾ ਅਤੇ ਮਿਆਦੀ ਉਖਾਰਦਾ ਕਾਰਕ ਜੀਵ ਹੈ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਹਾਂਜੀ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਬੈਕਟੀਰੀਆ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੀ ਨੈਕਸਟ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਵਿਸ਼ਵ ਉਜੋਨ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਚਾਰ ਆਪਸ਼ਨ ਨੇ ਆਪਣੇ ਕੋਲ ਹਾਂਜੀ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ 16 ਸਤੰਬਰ ਆਪਸ਼ਨ ਨੰਬਰ ਬੀ ਆਪਣਾ கரੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਧਰਤੀ ਦੇ ਤਲ ਦੇ ਸਭ ਤੋਂ ਨੇੜੇ ਵਾਯੂ ਮੰਡਲ ਦੀ ਕਿਹੜੀ ਪਰਤ ਹੈ ਹਾਂਜੀ ਇਹ ਕੁਐਸਚਨ ਫਿਰ ਤੋਂ ਰਿਪੀਟ ਹੋ ਗਿਆ ਜੀ ਸਾਰਿਆਂ ਨੂੰ ਪਤਾ ਹੀ ਹੋਵੇਗਾ ਇਸ ਕੁਐਸਚਨ ਦਾ கரੈਕਟ ਆਨਸਰ ਕਿਹੜਾ ਹੈਗਾ ਆਪਸ਼ਨ ਨੰਬਰ ਫਸਟ Troposphere ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਖਾਣੇ ਦਾ ਉਹ ਹਿੱਸਾ ਜੋ ਸਰੀਰ ਵਿੱਚ ਹজম ਨਹੀਂ ਹੁੰਦਾ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਹਾਂਜੀ ਇਸ ਕੁਐਸਚਨ ਦਾ ਜਿਹੜਾ ਆਪਣਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ ਸੈਲੂਲੋਸ ਹਾਂਜੀ ਖਾਣੇ ਦਾ ਉਹ ਹਿੱਸਾ ਜੋ ਸਰੀਰ ਵਿੱਚ ਹজম ਨਹੀਂ ਹੁੰਦਾ ਉਹਨੂੰ ਕੀ ਕਿਹਾ ਜਾਂਦਾ ਜੀ ਸੈਲੂਲੋਸ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਫਰੈਂਡਸ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਜੀ ਨੈਕਸਟ ਕੁਐਸਚਨ ਆਪਣਾ ਹੈ ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬੀ ਹੱਡੀ ਕਿਹੜੀ ਹੈਗੀ ਹੈ ਹਾਂਜੀ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਤੇ ਬਹੁਤ ਜ਼ਿਆਦਾ ਸਿੰਪਲ ਹੈਗਾ ਸਾਰਿਆਂ ਨੂੰ ਪਤਾ ਹੋਵੇਗਾ ਜੀ ਸਾਡੇ ਸਰੀਰ ਵਿੱਚ ਸਭ ਤੋਂ ਲੰਬੀ ਹੱਡੀ ਕਿਹੜੀ ਹੁੰਦੀ ਹੈ ਜੀ ਫੀਮਰ অপਸ਼ਨ ਨੰਬਰ ਸੀ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹੇਟਾਂ ਲਿਖਿਆਂ ਵਿੱਚੋਂ ਕਿਹੜਾ ਭੂਮੀ ਖੋਰ ਦਾ ਕਾਰਨ ਨਹੀਂ ਹੈ ਹਾਂਜੀ ਫਿਰ ਤੋਂ ਰਿਪੀਟ ਕਰ ਦਿੰਨ ਆ ਹੇਟਾਂ ਲਿਖਿਆਂ ਵਿੱਚੋਂ ਕਿਹੜਾ ਭੂਮੀ ਖੋਰ ਦਾ ਕਾਰਨ ਨਹੀਂ ਹੈ ਹਾਂਜੀ ਇਹਨਾਂ ਵਿੱਚੋਂ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਉਹ ਹੈਗਾ ਜੀ অপਸ਼ਨ ਨੰਬਰ ਸੀ ਯਾਨੀ ਕਿ ਸੂਰਜ ਬਾਕੀ ਜਿਹੜੇ ਤਿੰਨੇ অপਸ਼ਨ ਨੇ ਉਹ ਜਿਹੜੇ ਭੂਮੀ ਖੋਰ ਦਾ ਕਾਰਨ ਹਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੀ ਹਾਂਜੀ ਸਾਡਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਜੀਬ ਦੇ ਕਿਹੜੇ ਹਿੱਸੇ ਵਿੱਚ ਕੋੜਾ ਸਵਾਦ ਚਖਣ ਵਾਲੇ ਸੰਵੇਦਕ ਹੁੰਦੇ ਨੇ ਹਾਂਜੀ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਸਾਡੇ ਕੋਲ ਚਾਰ অপਸ਼ਨ ਦਿੱਤੇ ਹੋਏ ਨੇ ਹਾਂਜੀ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਜੀਬ ਦਾ ਪਿਛਲਾ ਹਿੱਸਾ ਹਾਂਜੀ ਜੀਬ ਦਾ ਪਿਛਲਾ ਹਿੱਸਾ ਹੁੰਦਾ ਹੈ ਜਿਸ ਤੋਂ ਸਾਨੂੰ ਕੋੜਾ ਸਵਾਦ ਹੈ ਜਿਹੜਾ ਪਤਾ ਚੱਲਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਹੈ ਮੀਬੀ ਪੇਚਿਸ ਕਿਸ ਰੋਗ ਜਨਕ ਸੁਖਮ ਜੀਵ ਨਾਲ ਸੰਬੰਧਿਤ ਹੈਗਾ ਚਾਰ ਆਪਸ਼ਨ ਨੇ ਆਪਣੇ ਕੋਲ ਫਸਟ ਹੈਗਾ ਜੀ ਪ੍ਰੋਟੋਜ਼ੋਆ ਸੈਕੰਡ ਦਿੱਤਾ ਹੈ ਵਿਸ਼ਾਣੂ ਥਰਡ ਆਪਸ਼ਨ ਹੈਗਾ ਜੀਵਾਣੂ ਤੇ ਫੋਰਥ ਹੈਗਾ ਜੀ ਕਿਰਮ हाँ जी इस क्वेश्चन का जोड़ा अपना कोैक्ट आंसर हो जाएगा ऑप्शन नंबर फस्ट प्रोटोजोआ हाँ जी प्रोटोजोआ अमीबी पेचिज जोड़ा रोग हों जी नैक्सट क्वेश्चन वाल चलते हैं जी नैक्सट क्वेश्चन है क्या? हरीके जलगा दे केडे दरिया मिलते हैं फिर तो रिपीट कर देने जी हरीके जलगाह परे दरिया मिलते हैं चार ऑप्शन दते हुए ने ਹਾਂਜੀ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 1 ਸਤਲੁਜ ਤੇ ਬਿਆਸ ਹਾਂਜੀ ਸਤਲੁਜ ਤੇ ਬਿਆਸ ਜਿਹੜੇ ਹਰੀਕੇ ਜਲਗਾਤੇ ਮਿਲਦੇ ਹਨ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਲਾਸਟ ਕੁਐਸਚਨ ਕਰਨ ਜਾ ਰਹੇ ਹਾਂ ਲਾਸਟ ਕੁਐਸਚਨ ਹੈਗਾ ਜੀ ਸੋਰ ਪ੍ਰਦੂਸ਼ਣ ਮਾਪਣ ਦੀ ਇਕਾਈ ਕੀ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਰਿਪੀਟ ਹੋ ਚੁੱਕਿਆ ਹੈ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਚਾਰ অপਸ਼ਨ ਦਿੱਤੇ ਹੋਏ ਨੇ ਹਾਂਜੀ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਸਾਨੂੰ ਕਿਸੋਰ ਪ੍ਰਦੂਸ਼ਣ ਮਾਪਣ ਦੀ ਇਕਾਈ ਕੀ ਹੈ ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ